ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 7 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਲੈਕਸ਼ਨ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਕਿ ਕਿਸੇ ਵੀ ਵਿਅਕਤੀ ਜਾਂ ਜਥੇਬੰਦੀ ਨੂੰ ਧਰਨੇ ਦੇਣ ਦੀ ਜ਼ਰੂਰਤ ਨਹੀਂ ਪਵੇਗੀ ਪਰ 7 ਮਹੀਨਿਆਂ ਦੀ ਕਾਰਗੁਜ਼ਾਰੀ ਦੇ ਅੰਦਰ ਹੀ ਦੇਖਿਆ ਜਾਵੇ ਤਾਂ ਹਰ ਰੋਜ਼ ਹੀ ਧਰਨੇ ਮੁਜ਼ਾਹਰੇ ਪੰਜਾਬ ਸਰਕਾਰ ਖਿਲਾਫ ਹੋ ਰਹੇ ਹਨ ਹੁਸ਼ਿਆਰਪੁਰ ਵਿਖੇ ਚੌਂਕੀਦਾਰ ਯੂਨੀਅਨ ਦੇ ਮੈਂਬਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਇਸ ਦੌਰਾਨ ਚੌਂਕੀਦਾਰ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਨੀਲੋ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਫਿਰ ਚਾਹੇ ਉਹ ਅਕਾਲੀ ਦਲ ਦੀ ਸਰਕਾਰ ਹੋਵੇ ਜਾਂ ਕਾਂਗਰਸ ਦੀ ਕਿਸੇ ਵੀ ਸਰਕਾਰ ਵੱਲੋਂ ਚੌਂਕੀਦਾਰ ਯੂਨੀਅਨ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਉਹਨਾਂ ਕਿਹਾ ਕਿ ਜੇਕਰ ਹੁਣ ਵੀ ਸਰਕਾਰਾਂ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚੋਂ ਇੱਕ ਵੱਡਾ ਪ੍ਰਦਰਸ਼ਨ ਕਰਨਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਅੱਜ ਜਿਹੜਾ ਧਰਨਾ ਲਾ ਰਿਹਾ ਹੈ ਅਤੇ ਅੱਜ ਜਿਹੜਾ ਆ ਲਾਲ ਝੰਡਾ ਪੇਂਡੂ ਚੌਂਕੀ ਦੇ ਯੂਨੀਅਨ ਦੇ ਕਾਫੀ ਚਿਰਾਂ ਤੋਂ ਮੰਗਾਂ ਜਿਹੜੀਆਂ ਉਹ ਲਮਕ ਰਹੀਆਂ ਆ ਔਰ ਦੇਖੋ ਉਹਨਾਂ ਦਾ ਜਿਹੜਾ ਮਾਣ ਪੱਤਾ ਆ ਪਹਿਲਾਂ 800 ਸੀ ਹੁਣ 1250 ਆ ਅੱਜ ਦੀ ਮਹਿੰਗਾਈ ਦੇ ਤੌਰ 'ਤੇ ਉਹਨਾਂ ਦੇ ਇਸ 1250 ਰੁਪਏ ਦੇ ਨਾਲ ਨਾ ਚੁੱਲ੍ਹਾ ਤਪਦਾ ਨਾ ਉਹਨਾਂ ਦੇ ਬੱਚਿਆਂ ਦੀ ਕੋਈ ਫੀਸ ਆ ਨਾ ਉਹਨਾਂ ਦੀ ਕੋਈ ਤੰਦਰੁਸਤੀ ਆ ਨਾ ਉਹਨਾਂ ਦੇ ਘਰ ਦਾ ਕੋਈ ਰੋਟੀ ਪਾਣੀ ਦਾ ਚੱਲਦਾ ਇਸ ਕਰਕੇ ਸਾਡੀਆਂ ਜੋ ਮੰਗਾਂ ਸੀਗੀਆਂ ਅਸੀਂ ਇਹਨਾਂ ਦੀਆਂ ਮੰਗਾਂ ਸੀਗੀਆਂ ਵੀ ਇਹਨਾਂ ਨੂੰ ਇੱਕ ਵਰਦੀ ਦਿੱਤੀ ਜਾਵੇ ਬੂਟ ਦਿੱਤੇ ਜਾਣ ਔਰ ਜਿਹੜਾ ਜਨਮ ਮੌਤ ਦਾ ਸਰਟੀਫਿਕੇਟ ਦਾ ਇਹਨਾਂ ਕੋਲ ਅੱਗੇ ਰਜਿਸਟਰ ਸੀ ਉਹ ਵੀ ਲੈ ਲਿਆ ਗਿਆ ਕਿਉਂਕਿ ਉਹ ਲੋਕਾਂ ਦੀ ਔਰ ਪੁਲਿਸ ਦੀ ਇੱਕ ਦੂਜੇ ਨਾਲ ਇਹਨਾਂ ਦੀ ਇੱਕ ਮਿਲਣੀ ਸੀਗੀ ਔਰ ਹਰ ਮਹੀਨੇ ਦੇ ਵਿੱਚ ਕਿਸੇ ਦੇ ਜੰਮਿਆ ਮਰਿਆ ਜਾਂ ਜੋ ਵੀ ਸੀਗਾ ਉਹ ਸਾਰਾ ਕੁਛ ਸਾਹਮਣੇ ਆਉਂਦਾ ਸੀਗਾ ਔਰ ਮੁੜ ਕੇ ਇਹਨਾਂ ਨੂੰ ਇੱਕ ਕਿਹਾ ਵੀ ਜਿਹੜੀਆਂ ਸਾਡੀਆਂ ਮੰਗਾਂ ਆ ਉਸ ਤੌਰ 'ਤੇ ਹਰਿਆਣੇ ਦੇ ਤੌਰ 'ਤੇ 7500 ਰੁਪਈਆ ਮਿਲ ਰਿਹਾ ਚੌਂਕੀਦਾਰਾਂ ਨੂੰ ਹਰਿਆਣਾ ਸਾਡੇ ਗੁਆਂਢ ਦੀ ਆ ਔਰ ਉੱਥੇ ਮਹਿੰਗਾਈ ਦੀ ਇੰਨੀ ਕੁ ਦੂਜੀ ਆ ਵੀ ਜਿਹੜਾ ਘਰ ਦੇ ਚਲਾਉਣੀ ਬਹੁਤ ਔਖੀ ਆ ਇਸ ਕਰਕੇ ਅਤੇ 4 ਸਾਲ ਤੋਂ ਇਹਨਾਂ ਦੀਆਂ ਮੰਗਾਂ ਇਸੇ ਤਰ੍ਹਾਂ ਲਮਕ ਰਹੀਆਂ ਪਹਿਲਾਂ ਇੱਥੇ ਪੂਰੇ ਹੁਸ਼ਿਆਰਪੁਰ ਦੇ ਵਿੱਚ ਇਸੇ ਹੀ ਜਿੰਪੇ ਨਾਲ ਗੱਲਬਾਤ ਵੀ ਹੋ ਗਈ ਆ ਔਰ ਇਹ ਮੰਨ ਵੀ ਗਏ ਆ ਔਰ ਨੋਟੀਫਿਕੇਸ਼ਨ ਨਹੀਂ ਕਰ ਰਹੇ ਇਹਨਾਂ ਦੀਆਂ ਮੰਗਾਂ ਦੀਆਂ ਕਿਉਂਕਿ ਇੱਕ ਬੂਟਾਂ ਦੀ ਗੱਲ ਆ ਵਰਦੀ ਦੀ ਗੱਲ ਆ ਇੱਕ ਹਥਿਆਰ ਦੀ ਗੱਲ ਆ ਔਰ 1250 ਤੋਂ 7500 ਰੁਪਏ ਦੀ ਗੱਲ ਆ ਵੀ ਸਾਡੀ ਜੋ ਇੰਨੀ ਮਹਿੰਗਾਈ ਦੇ ਤੌਰ 'ਤੇ ਜੋ ਵੀ ਆ ਮਹਿੰਗਾਈ ਜਿਤਨੀ ਕੀ ਵੱਧ ਗਈ ਆ 15 ਰੁਪਏ ਦਾ ਅੱਜ ਚਾਹ ਦਾ ਕੱਪ ਮਿਲ ਰਿਹਾ ਆ ਔਰ ਇਹਨਾਂ ਦੀ ਜਿਹੜੀ ਰੋਜ਼ ਦੀ ਆ ਉਹ 40 ਰੁਪਈਏ 33 ਪੈਸੇ ਉਹ ਚਾਹ ਦਾ ਨਹੀਂ ਚੱਲਦਾ ਇਸ ਕਰਕੇ ਸਾਡੀਆਂ ਮੰਗਾਂ ਅਸੀਂ ਇਹ ਪੱਕਾ ਧਰਨਾ ਇੱਥੇ ਲਾਵਾਂਗੇ ਇੱਕ ਹਫ਼ਤਾ ਧਰਨਾ ਲਾਵਾਂਗੇ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਇਹ ਤੋਂ ਵੀ ਅਸੀਂ ਤਿੱਖਾ ਸੰਘਰਸ਼ ਕਰਾਂਗੇ ਮੰਗਾਂ ਮਨਾ ਕੇ ਰਹਾਂਗੇ ਇਸ ਕਰਕੇ ਸਾਡਾ ਇਹ ਧਰਨਾ ਹੈ ਇਸ ਕਰਕੇ ਮੈਂ ਪਰਮਜੀਤ ਸਿੰਘ ਨੀਲੋਂ ਸੂਬਾ ਪ੍ਰਧਾਨ ਲਾਲ ਝੰਡਾ ਪੇਂਡੂ ਚੌਕੀ ਦੇ ਯੂਨੀਅਨ ਪੰਜਾਬ ਸਾਨੂੰ ਤਾਂ ਇਹੀ ਜਾਪਦਾ ਬਈ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਉਹਨਾਂ ਦੇ ਨਕਸ਼ੇ ਕਦਮ 'ਤੇ ਹੀ ਇਹ ਸਰਕਾਰ ਚੱਲ ਰਹੀ ਆ ਸਾਨੂੰ ਤਕਰੀਬਨ 2014 ਤੋਂ ਅਸੀਂ ਸੰਘਰਸ਼ ਜਾਂ ਚੌਕੀਦਾਰ ਯੂਨੀਅਨ ਵੱਲੋਂ ਹਜੇ ਤੱਕਰ ਸਾਨੂੰ ਜਿਹੜੀ ਆ ਸਾਡੀਆਂ ਮੰਗਾਂ ਬਾਰੇ ਕੋਈ ਵਿਚਾਰ ਨਹੀਂ ਕਰ ਰਹੀ ਸਰਕਾਰ ਕਿਉਂਕਿ ਸਾਰਿਆਂ ਨੂੰ ਪੀੜਤ ਅਸੀਂ ਵਰਗ ਦੇ ਲੋਕ ਹਾਂ ਕਿਉਂਕਿ 40 ਰੁਪਈਏ ਦਿਹਾੜੀ ਮਿਲਦੀ ਆ ਪੇਂਡੂ ਚੌਕੀਦਾਰ ਨੂੰ ਜਿਹੜੇ ਕਿ ਹਰਿਆਣਾ ਪੈਟਰਨ ਆ ਜਿਹੜਾ ਹਰਿਆਣੇ 'ਚ 7500 ਰੁਪਈਆ ਪੇਂਡੂ ਚੌਕੀਦਾਰ ਨੂੰ ਮਿਲ ਰਹੀ ਆ ਜਦਕਿ ਪੰਜਾਬ 'ਚ ਜਿਹੜਾ ਗੁਣਾ 1250 ਰੁਪਈਆ ਮਿਲ ਰਿਹਾ ਸਾਡੀਆਂ 3 ਮੰਗਾਂ ਜਿਹੜੀਆਂ ਸਰਕਾਰ ਵੱਲੋਂ ਕਾਂਗਰਸ ਸਰਕਾਰ ਵੱਲੋਂ ਮੰਨੀਆਂ ਗਈਆਂ ਨੇ ਜਿਹਦੇ ਵਿੱਚ ਜਨਮ ਦੇ ਮੌਤ ਦਾ ਅਧਿਕਾਰ ਸਾਨੂੰ ਵਾਪਸ ਦਿੱਤਾ ਗਿਆ ਅਤੇ 2 ਵਰਦੀਆਂ ਦੀ ਅਤੇ 5 ਮਰਲੇ ਦੇ ਪਲਾਟ ਦੀ ਸਰਕਾਰ ਵੱਲੋਂ ਮੰਗ ਮੰਨੀ ਗਈ ਆ ਉਹਦਾ ਨੋਟੀਫਿਕੇਸ਼ਨ ਨਹੀਂ ਕਰ ਰਹੀ ਅਸੀਂ ਪਹਿਲਾਂ ਵੀ ਆਏ ਸੀ 6 ਤਰੀਕ ਨੂੰ ਵੀ ਜਿੰਪਾ ਜੀ ਨਾਲ ਅਸੀਂ ਗੱਲਬਾਤ ਕੀਤੀ ਆ ਪਰ ਅੱਜ ਵੀ ਸਾਨੂੰ ਇਹੀ ਲਾਰਾ ਮਿਲ ਰਿਹਾ ਵੀ 15 ਦਿਨ ਦਾ ਸਾਨੂੰ ਟਾਈਮ ਦਿਓ ਜਦਕਿ ਅਸੀਂ 3 ਮਹੀਨੇ ਤੋਂ ਬਾਅਦ ਇੱਥੇ ਦੁਬਾਰਾ ਆਏ ਹਾਂ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਪੇਂਡੂ ਚੌਕੀਦਾਰਾਂ ਦੀਆਂ ਨਹੀਂ ਮੰਨਦੀ ਅਸੀਂ ਅੱਜ ਤੋਂ ਪੱਕਾ ਮੋਰਚਾ ਲਾਵਾਂਗੇ ਕਿੰਨੇ ਦਿਨ ਲਈ ਪੱਕਾ ਮੋਰਚਾ ਰਹੇਗਾ ਜਦ ਤੱਕ ਹਜੇ ਸਾਡਾ ਫਿਲਹਾਲ 1 ਹਫ਼ਤੇ ਦਾ
उदो बाद असी आ जरा बधा के लगातार मोर्चा लावांगे। दस टेल न्यूज़ लिए गुरजीत सोनू की रिपोर्ट। आपके पूरे परिवार के लिए सेहत का खजाना लाया है आपका अपना लोकल ब्रांड GSSL। बच्चों से लेकर बुजुर्गों तक सबके लिए इम्यूनिटी से भरपूर जी हर्ब्स आयुर्वेदिक प्रोडक्ट्स रेंज, जैसे जी शार्प मेमोरी सिरप, हेल्थ बूस्टर, नोनी जूस और भी बहुत कुछ। स्वस्थ उज्जवल भविष्य। फॉर इंक्वायरी कॉल 9815161028।